ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਹੋਪ ਕਰਦਾ ਤੁਸੀਂ ਸਾਰੇ ਜਾਣੇ ਮੇਰੇ ਵਾਂਗੂ ਠੀਕ ਹੋਗੇ ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਅੱਜ ਹੈ ਜੀ ਅਗਲਾ ਦਿਨ ਅਤੇ ਮੰਡੀ 'ਚ ਮੈਂ ਰਾਤ ਰੁਕਿਆ ਸੀਗਾ ਸੋ ਸੂ ਕੇ ਉਸ ਤੋਂ ਪਹਿਲਾਂ ਵੀਡੀਓ ਐਡਿਟ ਕਰੀ ਫਿਰ ਅਪਲੋਡ ਕਰਕੇ ਫਿਰ ਮੈਂ ਸੌ ਗਿਆ ਸੀਗਾ ਅਤੇ ਹੁਣ ਮੈਂ ਆਇਆ ਸੀਗਾ ਖੇਤਾਂ 'ਚ ਕਿਉਂਕਿ ਪਿੰਡ 'ਚ ਆਪਾਂ ਟਰਾਲੀ ਵਾਪਸ ਕਰਨੀ ਜਿਸ ਬਾਈ ਦੀ ਸੀ ਕਿਉਂਕਿ ਅੱਜ ਉਹਨਾਂ ਦੇ ਕੰਬਾਈਨ ਲੱਗਣੀ ਆ ਸੋ ਮੈਂ ਉੱਥੇ ਫਟਾਫਟ ਇਸੇ ਕਰਕੇ ਰਾਤ ਚਲਿਆ ਗਿਆ ਸੀ ਕਿਉਂਕਿ ਆਪਣਾ ਪਹਿਲਾ ਟਰੈਕਟਰ ਸੀ ਤਾਂ ਕਰਕੇ ਨਾ ਉਹਨਾਂ ਨੇ ਫਟਾਫਟ ਖਾਲੀ ਕਰਤਾ ਸੀਗਾ ਅਤੇ ਟੋਲ ਜਿਹੜਾ ਹੈ ਉਹ 2 ਵਜੇ ਤੋਂ ਬਾਅਦ ਲੱਗੂਗਾ ਕਿਉਂਕਿ ਬੋਲੀ ਹੋਊਗੀ ਠੀਕ ਹੈ ਅਤੇ ਪਹਿਲਾਂ ਤਾਂ ਰੇਟ ਨਿਕਲਦਾ ਹੁੰਦਾ ਸੀ ਆਹ ਪਤਾ ਨਹੀਂ ਬੋਲੀਆਂ ਵਾਲਾ ਨਵੇਂ ਸਿਸਟਮ ਚੱਲ ਪਿਆ ਚਲੋ ਜੋ ਵੀ ਹੈ ਸਿਸਟਮ ਨਾਲ ਚੱਲਣਾ ਪੈਂਦਾ ਆਪਾਂ ਨੂੰ ਵੀ ਸੋ ਇਸ ਟਾਈਮ ਮੈਂ ਖੇਤਾਂ ਸੀਗਾ ਖੇਤਾਂ ਤੋਂ ਚੱਲਿਆ ਘਰ ਹੁਣ ਨਹਾਵਾਂਗਾ ਨਹਾ ਕੇ ਫਿਰ ਸੌ ਜਾਣਾ ਹੈ ਥੋੜ੍ਹੀ ਦੇਰ ਕਿਉਂਕਿ ਸ਼ਾਮੀ ਫਿਰ ਆਪਾਂ ਇਹ ਖੇਤ ਵਾਹੁਣੇ ਆ ਜਿਹੜੇ ਅੱਜ ਵਿਹਲੇ ਹੋਏ ਆ ਅਤੇ ਰਾਤ ਕੰਬਾਈਨ ਨੇ 2 ਨੱਕੇ ਤੋੜਤੇ ਸੋ ਜੀ ਉਹ ਜਿਹੜੇ ਨੱਕੇ ਆ ਉਹਨਾਂ ਦੇ ਜੁਆਇੰਟਰ ਲਿਆ ਕੇ ਅਤੇ ਉਹ ਵੀ ਕਰਨੇ ਆ ਠੀਕ ਹੈ ਕਿਉਂਕਿ ਉਸ ਤੋਂ ਬਿਨਾਂ ਪਾਣੀ ਨਹੀਂ ਲੱਗ ਸਕਦਾ ਸੋ ਹੁਣ ਆਪਾਂ ਨਿਕਲਦੇ ਹਾਂ ਘਰ ਨੂੰ ਘਰੇ ਚੱਲਿਆ ਸੀ ਅੱਜ ਆਪਾਂ ਸਿਸਟਮ ਵੀ ਕੰਪਲੀਟ ਕਰਨਾ ਯਾਰ ਕੰਮ ਬਹੁਤ ਹੋ ਗਿਆ ਸੋ ਜੀ ਹੁਣ ਮੈਂ ਨਿਕਲਦਾ ਘਰ ਵਾਸਤੇ ਅਤੇ ਸਿੱਧਾ ਤੁਹਾਨੂੰ ਘਰ ਜਾ ਕੇ ਮਿਲਦਾ ਹਾਂ ਫਿਰ ਕਰਾਂਗੇ ਅੱਗੇ ਦੀ ਗੱਲਬਾਤ ਹਾਂਜੀ ਬਾਬਿਓ ਸੋ ਟਾਈਮ ਹੋ ਗਿਆ ਲਗਭਗ ਸ਼ਾਮ ਦੇ 4:30 ਅਤੇ ਮੈਂ ਉੱਠਿਆ ਸੀ ਹੁਣੇ ਕਿਉਂਕਿ ਰਾਤ ਦਾ ਨੀਂਦਰਾ ਸੀਗਾ ਜਿਵੇਂ ਤੁਸੀਂ ਲਾਸਟ ਵਲੌਗ 'ਚ ਦੇਖਿਆ ਕਿ ਆਪਾਂ ਰਾਤ ਉੱਥੇ ਹੀ ਸੀਗੇ ਅਤੇ ਨੀਂਦ ਤੁਹਾਨੂੰ ਪਤਾ ਮੰਡੀ 'ਚ ਕਿੱਥੇ ਆਉਂਦੀ ਹੈ ਗੱਡੀ ਵੀ ਲਾਈ ਸੀ ਪਰ ਗੱਡੀ ਸੁੱਤੇ ਸੀਗੇ ਪਰ ਥੋੜ੍ਹੀ ਜਿਹੀ ਮੈਂ ਅੱਧਾ ਪੌਣਾ ਘੰਟਾ ਹੀ ਸੁੱਤਾ ਸੀ ਮੈਂ ਉਸ ਤੋਂ ਬਾਅਦ ਮੈਂ ਫਟਾਫਟ ਪੱਖਾ ਲਵਾਇਆ ਸਵੇਰੇ ਸਵੇਰੇ ਪੱਖਾ ਲੱਗ ਗਿਆ ਉਹ ਫਿਰ ਮੈਂ ਘਰੇ ਆ ਗਿਆ ਸੀ ਸੁੱਖਾ ਬਾਈ ਬਾਕੀ ਤੋਲ ਤੂਲ ਕਰਾ ਕੇ ਆ ਗਿਆ ਸੀ ਸੋ ਬਾਈ ਝਾੜ ਜਿਹੜਾ ਆ ਬਹੁਤ ਘੱਟ ਨਿਕਲਿਆ ਯਾਰ ਕੀ ਸਾਰਿਆਂ ਦਾ ਮੇਰਾ ਇਕੱਲੇ ਦਾ ਨਹੀਂ ਸਾਰਿਆਂ ਦਾ ਮੇਰਾ ਨਿਕਲਿਆ ਜੀ 6 ਕਿੱਲੇ ਅਤੇ 2 ਕਨਾਲ 'ਚੋਂ 87 ਕੁਇੰਟਲ ਠੀਕ ਹੈ ਜੀ ਚਲੋ ਇਹ ਤਾਂ ਰੱਬ ਦੀ ਦਿੱਤਾ ਜੋ ਦਿੱਤਾ ਸੋ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਆਪਣਾ ਵਲੌਗ ਕਿ ਸਿਸਟਮ ਦਾ ਕਿੱਥੇ ਤੱਕ ਕੰਮ ਪਹੁੰਚਿਆ ਆ ਕਾਫੀ ਵੀਰਾਂ ਦੇ ਮੈਸੇਜ ਆਏ ਸੀਗੇ ਕਿ ਬਾਈ ਸਿਸਟਮ ਦਾ ਕਦੋਂ ਕਰਨਾ ਆ ਉਹਦਾ ਵਲੌਗ ਕਦੋਂ ਆਊਗਾ ਸੋ ਅੱਜ ਆਪਾਂ ਹੁਣ ਵਿਹਲੇ ਹਾਂ ਇਹਨੂੰ ਕੰਪਲੀਟ ਕਰ ਦਿੰਦੇ ਹਾਂ ਕਿਉਂਕਿ ਇਹ ਜਿਹੜੇ ਸੈਟਅਪ ਜਿਹਦਾ ਹੈਗਾ ਆ ਭਰਾ ਦਾ ਮੈਨੂੰ ਨਹੀਂ ਪਤਾ ਕਦੋਂ ਫੋਨ ਆ ਜਾਵੇ ਸੋ ਮੈਨੂੰ ਇਹ ਆ ਕਿ ਮੈਂ ਤਿਆਰ ਕਰਕੇ ਹੀ ਰੱਖਾਂ ਪਹਿਲਾਂ ਸੋ ਤੁਹਾਨੂੰ ਦਿਖਾਉਂਦਾ ਹਾਂ ਹੁਣ ਆਪਾਂ ਇਹਦੇ 'ਚ ਕੀ ਕਰਨ ਲੱਗੇ ਹਾਂ ਆਹ ਚੈੱਕ ਕਰੋ ਬਾਬਿਓ ਇਹ ਆਈ ਹੈ ਇਹਦੀ ਮੋਨੋ ਠੀਕ ਹੈ ਇਹਦੇ ਅੰਦਰ ਇਹ ਬੇਸ ਰਿਮੋਟ ਹੈ ਜਿਹਦਾ ਮੈਂ ਬਹੁਤ ਘੱਟ ਬੰਦੇ ਲਵਾਉਂਦੇ ਆ ਮੇਰੇ ਕੋਲੋਂ ਇਹਨੂੰ ਸਾਈਡ 'ਤੇ ਰਖਵਾ ਦਿੰਦੇ ਆ ਠੀਕ ਹੈ ਜੀ ਅਤੇ ਆਹ ਸਕਰੂ ਆ ਜਾਂ ਮਾਊਂਟ ਦੇ ਜਿਹੜੇ ਆਪਣੇ ਕਿਸੇ ਕੰਮ ਦੇ ਨਹੀਂ ਹੈ ਮਾਊਂਟ ਕਰਨ ਦੇ ਕਿਉਂਕਿ ਇਹ ਜ਼ਿਆਦਾ ਕਾਰਗਰ ਨਹੀਂ ਹੈਗੇ ਸੋ ਇਹ ਓਨਰ ਮੈਨੂਅਲ ਹੈ ਇਹਦੇ 'ਚ ਆ 600 ਵਾਟ ਵੀ ਹੁੰਦਾ 800 ਵਾਟ ਵੀ ਹੁੰਦਾ 1500 ਵਾਟ ਵੀ ਹੁੰਦਾ 2000 ਵਾਟ ਵੀ ਹੁੰਦਾ ਸੋ ਜਿਹੜਾ ਇਹ ਵਾਲਾ ਆਪਣਾ ਹਾਈਪਰਸੋਨਿਕ ਦਾ ਇਹ 2000 ਵਾਟ ਆ ਬਾਈ ਠੀਕ ਹੈ ਇੱਕ ਚੀਜ਼ ਹੋਰ ਵੀਰੇ ਰਿਕੁਐਸਟ ਵਾਲੀ ਗੱਲ ਆ ਬਹੁਤ ਵੀਰੇ ਮੈਨੂੰ ਕਹਿੰਦੇ ਆ ਕਿ ਹਾਂ ਯਾਰ ਤੁਸੀਂ ਰੇਟ ਦੱਸ ਦਿਆ ਕਰੋ ਇੱਦਾਂ ਆ ਉੱਦਾਂ ਆ ਵੀਰੋ ਪਤਾ ਨਹੀਂ ਹੁੰਦਾ ਚੀਜ਼ ਦਾ ਕਦੋਂ ਸਟੋਕ 'ਚ ਹੈਗੀ ਆ ਕਦੋਂ ਆਊਟ ਆਫ ਸਟੋਕ ਹੋ ਜੇ ਸਟੋਕ ਦੇ ਹਿਸਾਬ ਨਾਲ ਰੇਟ ਵੱਧ ਜਾਂਦਾ ਘੱਟ ਜਾਂਦਾ ਆ ਐਵੇਂ ਮੈਂ ਤੁਹਾਨੂੰ ਕੋਈ ਰੇਟ ਦਿੰਦਾ ਤੁਸੀਂ ਕਦੋਂ ਤੁਸੀਂ ਤਾਂ ਇੰਨੇ 'ਚ ਕਿਹਾ ਸੀਗਾ ਅਤੇ ਬਾਅਦ 'ਚ ਘੱਟ ਵੱਧ 'ਚ ਹੋ ਜੇ ਫਿਰ ਔਖਾ ਹੁੰਦਾ ਕੰਮ ਹੈ ਨਹੀਂ ਹੁਣ ਮੈਂ ਇਹਨੂੰ ਐਂਪ ਨੂੰ ਇੱਕ ਵਾਰੀ ਬਾਹਰ ਕੱਢ ਲਾਂ ਫਿਰ ਤੁਹਾਨੂੰ ਦਿਖਾਉਣਾ ਅੱਗੇ ਦੀ ਇਹਦੀ ਡਿਟੇਲ ਦਿੰਦਾ ਆ ਹਾਂਜੀ ਬਾਬਿਓ ਸੋ ਮੈਂ ਇਹਨੂੰ ਕੱਢ ਲਿਆ ਸੀਗਾ ਇਹ ਤੋਂ ਬਾਹਰ ਅਤੇ ਐਂਪ ਕਾਫੀ ਹੈਵੀ ਹੈ ਸੋ ਇਸ ਕਰਕੇ ਮੈਂ ਰੱਖ ਕੇ ਰਿਵਿਊ ਕਰਾਂਗਾ ਅਤੇ ਕਿਉਂਕਿ ਫੜਿਆ ਫੁੜਿਆ ਜਾਂਦਾ ਨਹੀਂ ਕਾਫੀ ਹੈਵੀ ਐਂਪਲੀਫਾਇਰ ਹੈ ਕੁਛ ਇਹ ਜਿਹੜਾ ਹੈ ਨਾ ਇਹ ਤਿੱਖੇ ਬਹੁਤ ਆ ਸਾਈਡਾਂ ਤੋਂ ਇਹਦੇ ਆਹ ਜਿਹੜੇ ਖੰਭ ਜਿਹੇ ਬਣਾਏ ਹੋਏ ਆ ਇਹਦੇ ਕਰਕੇ ਫਿਰ ਹੱਥ 'ਚ ਲੱਗਣ ਦਾ ਡਰ ਰਹਿੰਦਾ ਸੋ ਬਾਬੇ ਉਹ ਸਾਈਡ ਇਸ ਸਾਈਡ ਆਉਂਦੇ ਆ ਨਾ ਜਦੋਂ ਆਪਾਂ ਤਾਂ ਦੇਖ ਸਕਦੇ ਤੁਸੀਂ ਇਹਦੇ 'ਚ ਆਪਣੇ ਸਬਵੂਫਰਾਂ ਦੇ ਜਿਹੜੇ ਆ ਵਾਇਰਿੰਗ ਸਲੋਟ ਮਿਲ ਜਾਂਦੇ ਆ ਅਤੇ ਆਪਣੇ ਪਲੱਸ ਮਾਈਨਸ 12 ਵੋਲਟ ਵਾਲੇ ਠੀਕ ਹੈ ਜੀ ਇਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਕਿ ਆਹ ਮੋਨੋ ਐਂਪਲੀਫਾਇਰ ਲਾ ਲਓ ਜਾਂ SNB ਦੇ ਲਾ ਲਓ 4 ਚੈਨਲ ਇਹਨਾਂ 'ਚ ਨਾ ਆਹ ਚੀਜ਼ ਆਉਂਦੀ ਹੈ ਇਹ ਨਾ ਸਭ ਤੋਂ ਵਧੀਆ ਆ ਇੱਕ ਤਾਂ ਥੋੜ੍ਹੀ ਵਾਇਰ ਬਚੀ ਰਹਿੰਦੀ ਹੈ ਸ਼ੋਰਟ ਸਰਕਟ ਦੇ ਜਿਹੜੇ ਕਾਰਨ ਆ ਉਹ ਬਹੁਤ ਘੱਟ ਹੋ ਜਾਂਦੇ ਆ ਕਿ ਉਹ ਥਿੰਬਲ ਟੁੱਟ ਵੀ ਜਾਂਦੇ ਆ ਜੇ ਥਿੰਬਲ ਵੀ ਲਾਉਂਦੇ ਆ ਆਪਾਂ ਬਾਕੀ ਉਹ 'ਚ ਜਿਹਦੇ ਕਰਕੇ ਇਹ ਜ਼ਿਆਦਾ ਕਾਰਗਰ ਆ ਸੋ 0 ਗੇਜ਼ ਦੇ ਆਪਣੇ ਪੋਰਟ ਆ ਗਏ ਇਹਦੇ ਠੀਕ ਹੈ ਜੀ ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਬਹੁਤ ਸਿੰਪਲ ਜੀ ਸੋਬਰ ਜੀ ਲੁੱਕ ਆ ਇਹਦੀ ਜ਼ਿਆਦਾ ਉਹ ਨਹੀਂ ਹੈਗਾ ਕੁਛ ਵੀ ਸੋਚਾ ਆਪਾਂ ਬਾਈ ਵੈਸੇ ਕਈ ਬੰਦੇ ਆ ਉਹ ਬ੍ਰੈਂਡਿੰਗ ਤਾਰ ਦਿੰਦੇ ਇੱਦਾਂ ਉਹਦਾ ਆਪਾਂ ਜੋ ਹੈ ਸੋ ਤੁਹਾਨੂੰ ਦਿਖਾ ਕੇ ਫਿਰ ਹੀ ਲਾਵਾਂਗੇ ਹਾਂਜੀ ਬਾਬਿਓ ਸੋ ਹੁਣ ਆਉਂਦੇ ਹਾਂ ਇਹਦੇ ਆਪਣਾ ਅਸਲੀ ਡਿਟੇਲ 'ਤੇ ਠੀਕ ਹੈ ਜੀ ਇਹਦੇ ਮਾਡਲ ਔਰ ਬਾਕੀ ਸਾਰਾ ਕੁਛ ਲਿਖਿਆ ਹੋਇਆ ਇਹਨਾਂ ਨੇ ਮਾਡਲ ਆਪਣਾ 2000 ਵਾਟ RMS ਵਾਲਾ ਆ ਠੀਕ ਹੈ ਇਹਦੇ ਤੁਸੀਂ ਦੇਖ ਸਕਦੇ ਹੋ ਅਤੇ ਇਹਦੇ ਸਪਲਾਈ ਵੋਲਟੇਜ ਜਿਹੜੀ ਹੈ 11 ਤੋਂ 15 ਵੋਲਟ DC ਦੇ ਸਕਦੇ ਹਾਂ RMS ਵਾਟ ਹੈ 4 ohm 'ਤੇ ਉਹ 860 ਵਾਟ RMS ਮਿਲਦੀ ਆਪਾਂ ਨੂੰ ਅਤੇ 2 ohm 'ਤੇ ਮਿਲਦੀ ਆ ਆਪਾਂ ਨੂੰ 1450 ਅਤੇ 1 ohm 'ਤੇ ਮਿਲਦੀ ਹੈ 2000 ਵਾਟ ਜੋ ਕਿ ਆਪਣਾ ਇਹ ਸੈਟਅਪ ਜਿਹੜਾ 1 ohm 'ਤੇ ਹੀ ਜਾਏਗਾ ਆ ਤਾਂ ਹੀ 2 ਵਾਇਰਾਂ ਹੀ ਕੱਢੀਆਂ ਆਪਾਂ ਬਾਹਰ ਪੈਰਲਰ 'ਚ ਵਾਇਰਿੰਗ ਕੀਤੀ ਹੋਈ ਆ ਸਾਰੀ ਠੀਕ ਹੈ ਬਾਬਿਓ ਸੋ ਇਹ 2 ohm 'ਤੇ 2000 RMS ਬੂਫਰਾਂ ਨੂੰ ਚਾਹੀਦੀ ਹੈ ਅਤੇ 2000 RMS ਹੀ ਆਪਣਾ ਐਂਪ ਪ੍ਰੋਡਿਊਸ ਕਰੇਗਾ ਠੀਕ ਹੈ ਜੀ ਸੋ ਇਹ ਮੈਨੂਅਲ ਦੇ ਅੰਦਰ ਨਾ ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ ਜਦੋਂ ਤੁਸੀਂ ਐਂਪਲੀਫਾਇਰ ਮੰਗਾਓਗੇ ਨਾ ਤੁਹਾਡਾ ਜੋ ਵੀ ਕੁਐਸਚਨ ਹੈ ਅਗਰ ਤੁਸੀਂ ਇਹਨੂੰ ਪ੍ਰੋਪਰਲੀ ਰੀਡ ਕਰਦੇ ਹੋ ਇਹ ਮਿਲ ਜਾਣੇ ਆ ਤੁਹਾਨੂੰ ਜਵਾਬ ਸਾਰੇ ਠੀਕ ਹੈ ਜੀ ਸੋ ਬਾਕੀ ਹੁਣ ਕਰਾਂਗੇ ਇਹਦੀ ਫਿਟਿੰਗ
ਇਹਦਾ 4chan ਲਾਇਆ ਸੀ ਜਿਹੜਾ ਆਪਾਂ ਮਾਊਂਟ ਕਰਤਾ ਇਹਦਾ ਵਿਚਾਰੇ ਦਾ ਨਾ, ਇਹ ਫਿੱਟ ਆਪਾਂ ਉਦਣ ਦਾ ਹੀ ਕਰਤਾ, ਇਹਦਾ ਫਿੱਟ ਕੀਤੇ ਕੀਤੇ ਦਾ ਹੀ ਬੁਰਾ ਹਾਲ ਹੋ ਗਿਆ, ਧੂੜ ਮਿੱਟੀ ਸਾਰਾ ਕੁਛ ਹੈ ਨਾ, ਬੁਰਾ ਜਿਹਾ ਹਾਲ ਹੋ ਗਿਆ। ਸੋ ਹੁਣ ਇਹਦੇ ਵਿੱਚ ਤਾਂ ਇੱਥੇ ਲਾਈਟ ਹੈ, ਗਲੋ ਕਰਦੀ ਆ ਜਦੋਂ ਇਹ ਚੱਲਦਾ ਹੈ, ਬਟ ਉਹਦੇ 'ਚ ਇਹੋ ਜਿਹਾ ਕੁਛ ਨਹੀਂ ਆ ਮੋਨੋ 'ਚ, ਉਹਦੇ 'ਚ ਇਹੋ ਜਿਹਾ ਕੁਛ ਨਹੀਂ, ਉਹ ਤਾਂ ਸਿੱਧਾ ਹਿਸਾਬ ਕਿਤਾਬ ਹੈ। ਹੁਣ ਬਸ ਵਿਸ਼ੂ ਦੀ ਵੇਟ ਕਰ ਰਹੇ ਹਾਂ, ਇੱਕ ਤਾਂ ਇਹਦੇ ਪਿੱਛੇ ਜੋ ਲੱਗਣੀ ਹੈ ਫੋਟੋ ਉਹ ਵੀ ਤਿਆਰ ਹੋ ਗਈ, ਐਕ੍ਰੈਲਿਕ ਦਾ ਕੰਮ ਜਿਹੜਾ ਫਾਈਨਲ ਹੋ ਗਿਆ ਆ, ਅਤੇ ਐਂਪਲੀਫਾਇਰ ਲਾਉਣਾ ਆ, ਅਤੇ ਇਹ ਜਿਹੜਾ ਸੈਟਅਪ ਆਪਣਾ ਲੱਗਣ ਲਈ ਤਿਆਰ ਹੋ ਜਾਏਗਾ। ਫਿਰ ਜਿੱਦਣ ਵੀ ਬਾਈ ਦਾ ਫੋਨ ਆਊਗਾ ਆਪਾਂ ਬਸ ਚੱਕਣਾ ਆ, ਫਿੱਟ ਕਰਾਉਣਾ ਆ ਅਤੇ ਵਾਇਰਿੰਗ ਕਰ ਦੇਣੀ ਆ, ਦੈਟਸ ਇਟ, ਹੋਰ ਕੁਛ ਨਹੀਂ ਕਰਨਾ। ਸੋ ਬਾਬੇ ਇਹ ਸੀਗਾ ਹੁਣ ਤੱਕ ਦਾ ਸੈਟਅਪ ਦਾ ਕੰਮ, ਅਤੇ ਜੋ ਮੈਂ ਮਤਲਬ ਤੁਹਾਨੂੰ ਡਿਟੇਲ ਦੇਣੀ ਸੀ, ਜੋ ਜੋ ਮੈਂ ਕੰਮ ਕੀਤਾ ਹੈ ਹਾਲੇ ਤੱਕ ਉਹ ਤੁਹਾਨੂੰ ਦੱਸਤਾ ਸੀ ਪੁਰਾਣੇ ਵਲੋਗਾਂ 'ਚ, ਅਤੇ ਹੁਣ ਜਿਹੜਾ ਆਪਾਂ ਕਰਨਾ ਹੈ ਉਹ ਇਸ ਵਲੋਗ 'ਚ ਤੁਹਾਨੂੰ ਦਿਖਾ ਦਾਂਗੇ। ਮੈਂ ਕੱਲ੍ਹ ਵਾਲਾ ਵਲੋਗ ਜਿਹੜਾ ਪਾਇਆ ਸੀਗਾ ਜਦੋਂ ਆਪਾਂ ਕਣਕ ਵਢਾਈ ਆ, ਅਤੇ ਉਦੋਂ 3-4 ਵੀਰਾਂ ਦੇ ਮੈਸੇਜ ਆਏ ਸੀਗੇ ਯਾਰ ਵੀ ਆਡੀਓ ਸਿਸਟਮ ਦਾ, ਮਿਊਜ਼ਿਕ ਸਿਸਟਮ ਦਾ ਕਦੋਂ ਵਲੋਗ ਆਉਣਾ ਆ, ਹੈ ਨਾ। ਸੋ ਉਹੀ ਚੀਜ਼ ਮੈਂ ਥੋੜ੍ਹੀ ਸੋਚ ਰਿਹਾ ਸੀਗਾ, ਮੈਂ ਕਿਹਾ ਵੀ ਚਲੋ ਇਹਨੂੰ ਵੀ ਕਰ ਦਿੰਦੇ ਹਾਂ। ਸੋ ਲੱਗਦਾ ਆਪਣੇ ਵਲੋਗਿੰਗ ਕਰਦੇ ਕਰਦੇ ਆਪਣਾ ਬੰਦਾ ਜਿਹੜਾ ਆ ਉਹ ਪਹੁੰਚ ਗਿਆ ਆ, ਮਲਾਉਂਦੇ ਤੁਹਾਨੂੰ ਆਪਣੇ ਬੰਦੇ ਨਾਲ, ਉਹ ਆ ਗਿਆ, ਚੈੱਕ ਕਰੋ। ਹਾਂਜੀ ਪਹੁੰਚ ਗਏ, ਵਧੀਆ ਵਧੀਆ, ਲਓ ਜੀ ਵਿਸ਼ੂ ਐਂਪ ਫੜੀਏ, ਐਂਪ ਫੜ ਆਪਣੀ ਛਾਤੀ ਨਾਲ ਲਾ, ਸਿੱਧਾ ਲਾ, ਦੇਖੋ ਬਾਈ ਹੁਣ ਲੰਬਾਈ ਉਹਦੇ, ਤੁਸੀਂ ਦੇਖ ਸਕਦੇ ਹੋ ਕਿੱਡਾ ਤਗੜਾ ਐਂਪ ਹੈ, ਦੇਖ ਲਓ ਬਾਬੇ। ਸੋ ਇਹ ਕਰ ਲਈਏ ਜੀ, ਹੁਣ ਵਿਸ਼ੂ ਆ ਗਿਆ, ਮੈਂ ਇਹਨੂੰ ਥੋੜ੍ਹਾ ਜਿਹਾ ਕੰਮ ਸਮਝਾ ਦਾਂ, ਫਿਰ ਕਰਦੇ ਹਾਂ ਆਪਾਂ ਵਲੋਗ ਕੰਟੀਨਿਊ। ਲਓ ਮਿੱਤਰੋ ਆਪਾਂ ਗਏ ਸੀ ਮਾਰਕੀਟ ਅਤੇ ਲਾਈਟਾਂ ਲਿਆਏ ਹਾਂ, ਆਹ ਕੁਛ 30 ਪੀਸ ਆਹ ਲੈ ਕੇ ਆਏ ਸੀਗੇ, ਅਤੇ ਕੁਛ ਸਰਪ੍ਰਾਈਜ਼ ਆ, ਉਹ ਦੱਸਣੀਆਂ ਨਹੀਂ ਆ, ਉਹ ਕੀ ਕਰਨੀਆਂ ਕੀ ਨਹੀਂ ਉਹ ਤੁਹਾਨੂੰ ਅਗਲੇ ਵਲੋਗਾਂ 'ਚ ਦੇਖਣ ਨੂੰ ਮਿਲੇਗਾ, ਉਹ ਰੱਖਣਾ ਆਪਾਂ ਸਰਪ੍ਰਾਈਜ਼, ਇਹ ਤਾਂ ਚਲੋ ਤੁਹਾਨੂੰ ਦੱਸ ਦਿੰਦੇ ਹਾਂ ਵੀ ਇਹ 'ਚ ਲਾ ਦੇਣੀਆਂ। ਅਤੇ ਬਾਈ ਗੈਸ ਬਹੁਤ ਵੱਜ ਰਹੇ ਆ ਹਲੇ ਵੀ ਕਿ ਬਾਈ ਸਿਸਟਮ ਕਿਹਦਾ ਆ ਕਿਹਦਾ ਆ, ਮੈਨੂੰ ਅੱਜ ਵੀ ਬੰਦੇ ਦਾ ਮੈਸੇਜ ਆਇਆ ਕਿ ਬਾਈ ਯਾਰ ਸਸਪੈਂਸ ਰਿਵੀਲ ਕਰ ਦਿਓ। ਬਸ ਵੀਰੋ ਅੱਜ ਦੇ ਵਲੋਗ 'ਚ ਕੰਪਲੀਟ ਹੋ ਜਾਣਾ ਆ, ਅਤੇ ਅਗਲੇ ਵਲੋਗ 'ਚ ਮੇ ਵੀ ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ 'ਤੇ ਜਿਹਦਾ ਇਹ ਸੈਟਅਪ ਆ ਉਹਨੇ ਲਵਾਉਣ ਆ ਜਾਣਾ, ਫਿਰ ਤੁਹਾਨੂੰ ਰਿਵੀਲ ਕਰ ਦੇਣਾ ਆਪਾਂ। ਪਰ ਇਹਦੀ ਯਾਰ ਜਿਹੜੀ ਮੇਨ ਗੱਲ ਹੈ ਨਾ, ਮੈਂ ਤੁਹਾਨੂੰ ਪਰਫੋਰਮੈਂਸ ਨਹੀਂ ਦਿਖਾ ਸਕਿਆ ਹਾਲੇ ਤੱਕ, ਇਹਦੀ ਪਰਫੋਰਮੈਂਸ ਦਿਖਾਉਣੀ ਆ। ਸੋ ਦੇਖਦੇ ਹਾਂ, ਜਾਂ ਤਾਂ ਇਹਨੂੰ ਕੱਲ੍ਹ ਮੋਟਰ 'ਤੇ ਲੈ ਕੇ ਜਾਵਾਂਗੇ, ਠੀਕ ਹੈ, ਫਿਰ ਤੁਹਾਨੂੰ ਪਰਫੋਰਮੈਂਸ ਦਿਖਾਵਾਂਗੇ ਉਹਦੇ ਨਾਲ, ਜਾਂ ਫਿਰ ਭਾਈ ਫਿੱਟ ਕਰਕੇ ਦਿਖਾਉਣੀ ਪਊਗੀ, ਕਿਉਂਕਿ ਇੱਥੇ ਤਾਂ ਮੁਸ਼ਕਲ ਆ ਯਾਰ, ਘਰ ਦੇ ਅੰਦਰ ਨਹੀਂ ਕਰ ਸਕਦੇ ਆਪਾਂ, ਬਹੁਤ ਖਤਰਨਾਕ ਕੰਮ ਇਸ ਕਰਕੇ। ਸੋ ਆਪਾਂ ਲਾਈਟਾਂ ਫਿੱਟ ਕਰ ਲਈਏ, ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਵਲੋਗ 'ਚ, ਬਣੇ ਰਹੋ। ਸੋ ਜਿਹੜੇ ਮੇਰੇ ਵੀ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ। ਲੋਏ ਮਿੱਤਰੋ, ਇੱਕ ਤਾਂ ਆਪਾਂ ਕੂਲਰ ਲਾ ਲਿਆ, ਮੈਂ ਸਾਹਮਣੇ ਬੈਠ ਕੇ ਵੀਡੀਓ ਨਹੀਂ ਬਣਾ ਸਕਦਾ ਕਿਉਂਕਿ ਫਿਰ ਡਿਸਟਰਬੈਂਸ ਆਉਣੀ ਹੈ, ਹਵਾ ਦੀ ਆਵਾਜ਼ ਬਹੁਤ ਆਊਗੀ। ਸੋ ਆਪਾਂ ਕਰਨ ਲੱਗੇ ਹਾਂ ਲਾਈਟਾਂ ਨੂੰ ਚੈੱਕ, ਕਈ ਵਾਰ ਨਾ ਇਹਨਾਂ 'ਚ ਪੀਸ ਖਰਾਬ ਆ ਜਾਂਦੇ ਆ, ਅਤੇ ਫਿਰ ਬਾਅਦ 'ਚ ਦਿੱਕਤ ਆਉਂਦੀ ਆ। ਚੈੱਕ ਕਰੋ ਬਾਬਿਓ, ਇਹ ਹੈ ਜੀ ਵਾਈਟ ਲਾਈਟ, ਇਹ ਵਾਲੇ ਪੀਸ ਵਧੀਆ ਹੈ ਨਾ ਵੀ ਪਹਿਲਾਂ ਵਾਲੇ ਨਾਲੋਂ, ਇਹ ਸਟੋਕ ਵਧੀਆ ਆਇਆ ਬਸ, ਠੀਕ ਹੈ। ਸੋ ਬਾਬਿਓ ਇਹ ਸਟੋਕ ਬਹੁਤ ਵਧੀਆ ਆਇਆ ਪਹਿਲਾਂ ਵਾਲੇ ਤੋਂ। ਸੋ ਕਰਦੇ ਹਾਂ ਇਹਨੂੰ ਫਿੱਟ, ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਗੇ। ਹਾਂਜੀ ਬਾਬਿਓ, ਸੋ ਜੀ ਇਹ ਜਿਹੜੀ ਆਪਾਂ ਬੱਬੂ ਮਾਨ ਸਾਹਿਬ ਦੀ ਫੋਟੋ ਬਣਾਈ ਸੀ ਨਾ, ਇਹਦੇ 'ਚ ਪੰਗਾ ਇਹ ਆ ਕਿ ਆਹ ਦੇਖੋ ਜਿਵੇਂ ਥੋੜ੍ਹੀ ਜਿਹੀ ਦੂਰ ਆ, ਫਿਰ ਤਾਂ ਪੂਰੀ ਕਲੀਅਰ ਚਮਕਦੀ ਆ, ਹੈ ਨਾ, ਜੇ ਲਾਗੇ ਲਾ ਰਹੇ ਹਾਂ ਤਾਂ ਲਾਈਟ ਬਣ ਨਹੀਂ ਰਹੀ ਇਹਦੀ, ਇਸ ਕਰਕੇ ਨਾ ਆਪਾਂ ਥੋੜ੍ਹੇ ਜਿਹੇ ਐਕਸਪੈਰੀਮੈਂਟ ਕਰਨੇ ਪੈਣੇ। ਚਲੋ ਇਹ ਤੁਹਾਨੂੰ ਬਾਅਦ 'ਚ ਦਿਖਾਵਾਂਗੇ, ਇਹ ਤੁਸੀਂ ਦੇਖੋ ਇਹ 'ਚ ਹਵਾ ਦੀ ਡਿਸਟਰਬੈਂਸ ਹੋਣੀ ਹੈ, ਕਿ ਤਾਂ ਆਪਾਂ ਕੂਲਰ ਲਾਇਆ ਨਾ, ਚੈੱਕ ਕਰੋ ਪੇਟੀ ਦੀ ਯਾਰ, ਲੁੱਕੇ ਬਹੁਤ ਘੈਂਟ, ਵੈਸੇ ਤਾਂ ਟਰਾਂਸਪੇਰੈਂਟ ਅਗਰ ਰੱਖਦਾ ਨਾ ਬਾਈ ਸੋਹਣੀ ਲੱਗਣੀ ਸੀ। ਸੋ ਜੀ ਬਾਈਆਂ ਦੀ ਡਿਮਾਂਡ ਹੈ ਕਿ ਬੱਬੂ ਮਾਨ ਸਾਹਿਬ ਦੀ ਫੋਟੋ ਹੋਣੀ ਚਾਹੀਦੀ ਹੈ ਬੈਕ ਸਾਈਡ 'ਤੇ, ਸੋ ਉਹ ਡਿਮਾਂਡ ਵੀ ਪੂਰੀ ਕਰਨੀ ਆਪਾਂ ਨੂੰ, ਹੈ ਨਾ, ਸਾਰਾ ਕੁਝ ਦੇਖਣਾ ਪੈਂਦਾ ਆ। ਸੋ ਇਹ ਆਪਾਂ ਰੈਡੀ ਕਰਾਂਗੇ ਫੋਟੋ ਹੁਣ ਸਵੇਰੇ, ਅਤੇ ਬਾਕੀ ਸਰਪ੍ਰਾਈਜ਼ ਹੋਰ ਵੀ ਬਹੁਤ ਪਏ ਨੇ, ਤੁਸੀਂ ਆਹ ਕੋਨੇ 'ਚ ਦੇਖ ਰਹੇ ਹੋ, ਆਹ ਦੇਖੋ, ਇਹ ਤੁਹਾਨੂੰ ਅੱਗੇ ਦੱਸਾਂਗੇ ਇਹਦਾ ਕੀ ਕਰਨਾ ਕੀ ਨਹੀਂ। ਅਤੇ ਇੱਕ ਵਾਰੀ ਇਹ ਕਰ ਲਈ ਆਪਾਂ ਫਾਈਨਲ, ਅਤੇ ਫਿਰ ਤੁਹਾਨੂੰ ਅੱਗੇ ਦੇ ਡਿਟੇਲ ਦਿੰਦੇ ਹਾਂ ਕੀ ਬਣਦਾ ਕੀ ਨਹੀਂ। ਲਾਈਟਿੰਗ ਸਾਰੀ ਇੰਸਟਾਲ ਕਰਤੀ ਆਪਾਂ, ਦੇਖ ਸਕਦੇ ਹੋ, ਠੀਕ ਹੈ, ਚੈੱਕ ਕਰੋ ਜੀ ਲਾਈਟਾਂ ਸਾਰੀਆਂ ਇੰਸਟਾਲ ਹੋ ਗਈਆਂ, ਬਸ ਹਲਕਾ ਜਿਹਾ ਪੇਪਰ ਲਾਉਣਾ ਵੀ ਲਾਈਟ ਕ੍ਰੋਸ ਹੁੰਦੀ ਹੈ ਕਿ ਨਹੀਂ, ਇੰਨਾ ਕੁ ਦੇਖਣਾ ਆਪਾਂ। ਲਓ ਜੀ ਬਾਬੇ ਉਹ ਸਪਲਾਈ ਪਈ ਆ, ਜਿਹੜੇ ਮੇਰੇ ਵੀਰ ਪੁੱਛਦੇ ਨਾ ਘਰ ਦੇ ਸਿਸਟਮ ਚਲਾਉਣ ਵਾਸਤੇ ਕਿਹੜੀ ਸਪਲਾਈ, ਆਹ ਆ ਬਾਈ 12V 60A ਦੀ, ਇਹ 'ਤੇ ਪਰ ਇਹ ਆ ਵੀ ਮੋਨੋ 'ਚ 2 ਸਬਵੂਫਰ ਨਹੀਂ ਚੱਲਣੇ, ਥੋੜ੍ਹਾ ਔਖਾ ਕਰੂਗੀ ਇਹ, ਠੀਕ ਹੈ, ਮੇਰੇ ਕੋਲ ਤਾਂ ਨਹੀਂ ਚੱਲਦੇ ਬਾਈ, ਬਾਕੀ ਕੋਈ ਕਹਿ ਦੇਵੇ ਕਿ ਹਾਂ ਚੱਲਦੇ ਆ ਤਾਂ ਉਹ ਮੈਂ ਕਹਿ ਨਹੀਂ ਸਕਦਾ ਕੁਛ, ਠੀਕ ਹੈ। ਉਹ ਲੈ ਹੋ ਤਾਂ ਰਹੀ ਦੀ ਕ੍ਰੋਸ ਯਾਰ, ਹੈਂ, ਲਓ ਬਾਬੇ ਸਾਡੇ ਨਾਲ ਤਾਂ ਕਲੋਲ ਹੋ ਗਈ, ਆਪਾਂ ਆਹ ਪਿੱਛੋਂ ਇਹਦਾ ਵਾਈਟ ਪੇਪਰ ਲਾ ਦਿੱਤਾ ਕਿ ਲਾਈਟ ਨਹੀਂ ਕ੍ਰੋਸ ਹੋਣੀ, ਅਤੇ ਲਾਈਟ ਕ੍ਰੋਸ ਹੋ ਰਹੀ ਹੈ, ਹੁਣ ਸਵੇਰੇ ਵਾਈਟ ਪੇਪਰ ਲਵਾ ਕੇ ਲਿਆਉਣਾ ਪਊਗਾ ਦੁਬਾਰਾ, ਠੀਕ ਹੈ ਜੀ। ਇਹ ਸੀਗਾ ਦੇਖੋ ਤੁਸੀਂ ਇਹ ਫੋਟੋ ਬਣੀ ਵੀ, ਹਾਲੇ ਜਿਹੜੀ ਉਹ ਪਿੱਛੇ ਵੱਟ ਪਏ ਨਾ ਉਹਦੇ ਕਰਕੇ ਫੋਟੋ ਥੋੜ੍ਹੀ ਜਿਹੀ ਬੇਕਾਰ ਲੱਗ ਰਹੀ ਆ, ਬਾਕੀ ਜਦੋਂ ਇਹ 'ਤੇ ਵਾਈਟ ਪੇਪਰ ਲੱਗ ਗਿਆ ਨਾ ਫਿਰ ਇਹ ਫੋਟੋ ਸੋਹਣੀ ਲੱਗਣੀ ਆ, ਠੀਕ ਹੈ ਜੀ। ਸੋ ਇਹ ਕਰਦੇ ਹਾਂ, ਫਿਰ ਤੁਹਾਨੂੰ ਅੱਗੇ ਜਾ ਕੇ ਅੱਗੇ ਮਿਲਦੇ ਹਾਂ, ਅੱਗੇ ਦੱਸਦੇ ਹਾਂ ਅੱਗੇ ਦਾ ਪ੍ਰੋਸੈਸ ਜੋ ਵੀ ਹੋਊਗਾ, ਇਹ ਫਾਈਨਲ ਕਰ ਲਈਏ। ਲਓ ਜੀ ਬਾਬਿਓ ਇਹ ਗ੍ਰੀਨ ਲਾਈਟ ਹੈ,
ਇਹ ਵਾਲੇ ਪੀਸ ਇੰਨੇ ਕੁ ਜ਼ਿਆਦਾ ਬ੍ਰਾਈਟ ਆ ਨਾ, ਚੈੱਕ ਕਰੋ ਤੁਸੀਂ ਇਹੋ ਜਿਹੀਆਂ ਚੀਜ਼ਾਂ ਨਾ ਬਸ ਕਦੀ ਕਦੀ ਸਟੋਕ 'ਚ ਆਉਂਦੀਆਂ ਵੈਸੇ, ਅਤੇ ਮੈਂ ਸੈਂਪਲ ਹੀ ਮੰਗਵਾਈਆਂ ਸੀਗੀਆਂ, ਪਰ ਬਾਈ ਚੀਜ਼ ਖਰੀ ਆ, ਆਪਾਂ ਹੁਣ ਨਾ ਸਟੋਕ ਚੱਕ ਲੈਣਾ ਇਹਦਾ, ਕਿਉਂਕਿ ਮੈਨੂੰ ਇਹੋ ਜਿਹੀਆਂ ਚੀਜ਼ਾਂ ਕਲੈਕਟ ਕਰਨ ਦਾ ਬਹੁਤ ਸਵਾਦ ਆਉਂਦਾ ਆ, ਇਹੋ ਜਿਹੀਆਂ ਚੀਜ਼ਾਂ ਵਾਰ ਵਾਰ ਨਹੀਂ ਮਿਲਦੀਆਂ ਆਪਾਂ ਨੂੰ। ਚੈੱਕ ਕਰੋ ਤੁਸੀਂ ਇੰਨੀ ਬ੍ਰਾਈਟਨੈਸ ਆ, ਮਤਲਬ ਕੈਮਰੇ 'ਚ ਵੀ ਕੁਛ ਨਹੀਂ ਪਤਾ ਲੱਗ ਰਿਹਾ ਵੀ ਲਾਈਟ ਕਿਹੜੀ ਆ, ਹੈ ਵੈਸੇ ਗ੍ਰੀਨ ਆ, ਤੁਸੀਂ ਚੈੱਕ ਕਰ ਸਕਦੇ ਉੱਪਰ ਵਾਈਟ ਪੇਂਟ ਦੇ ਉੱਪਰ ਪੈ ਰਹੀ ਆ, ਮਤਲਬ ਇਹ ਕੈਮਰਾ ਨਹੀਂ ਜਸਟਿਸ ਕਰ ਪਾ ਰਿਹਾ। ਸੋ ਆਪਾਂ ਥੋੜ੍ਹਾ ਜਿਹਾ ਕੰਮ ਨਿਬੇੜਨਾ ਇਹਦਾ ਕਰ ਲਈਏ, ਫਿਰ ਤੁਹਾਨੂੰ ਅੱਗੇ ਮਿਲਦੇ ਆ। ਲਓ ਮੁੰਡਿਓ, ਕਹਿੰਦੇ ਮੁੰਡੇ ਨਾ ਗਰਮ ਹੋ ਗਏ ਅੱਜ, ਅੱਜ ਲਾਈਟਾਂ ਵਾਲਾ ਕੰਮ ਜਿਹੜਾ ਨਿਬੇੜ ਕੇ ਹੀ ਹਟਣਗੇ, ਠੀਕ ਹੈ, ਅੱਜ ਨਹੀਂ ਰੁਕਦੇ। ਕਿਉਂਕਿ ਚੱਕਰ ਇਹ ਆ ਬਾਬਿਓ ਕਿ ਮੈਂ ਨਾ ਮਤਲਬ 5-6 ਦਿਨ ਲਗਾਤਾਰ, ਵੈਸੇ ਤਾਂ ਚੱਲਿਆ ਨਹੀਂ ਸੀ ਟਰੈਕਟਰ, ਹੈ ਨਾ, ਹੁਣ 5-6 ਦਿਨ ਤੋਂ ਲਗਾਤਾਰ ਚੱਲ ਰਿਹਾ ਟਰੈਕਟਰ, ਤਾਂ ਬਿਨਾਂ ਲਾਈਟਾਂ ਤੋਂ ਨਾ ਸੁੰਨਾ ਸੁੰਨਾ ਜਿਹਾ ਸਿਸਟਮ ਲੱਗ ਰਿਹਾ ਸੀ। ਉਹ ਇਸ ਕਰਕੇ ਆਪਾਂ ਨਾ ਹੁਣ ਰਾਏ ਬਣਾਈ ਕਿ ਨਹੀਂ ਬਈ ਲਾਈਟਾਂ ਵਾਲਾ ਕੰਮ ਨਿਬੇੜ ਹੀ ਦੇਣਾ ਆ। ਸੋ ਹੁਣ ਲਾਈਟਾਂ ਵਾਲਾ ਕੰਮ ਕਰਨ ਲੱਗੇ ਹਾਂ, ਅਤੇ ਤੁਹਾਨੂੰ ਅੱਗੇ ਅੱਗੇ ਇਹਦੀ ਫਿਟਿੰਗ ਦਿਖਾਉਂਦੇ ਹਾਂ, ਕਿਵੇਂ ਕਰਨੀ ਹੁੰਦੀ ਆ, ਕਿੱਦਾਂ ਕਨੈਕਸ਼ਨ ਕੱਢਣੇ ਹੁੰਦੇ ਆ, ਕੀ ਹਿਸਾਬ ਕਿਤਾਬ ਆ। ਸੋ ਬਣੇ ਰਹੋ ਵਲੋਗ ਦੇ ਨਾਲ, ਚੈੱਕ ਕਰੋ ਤੁਸੀਂ ਇੰਨੀਆਂ ਲਾਈਟਾਂ ਲੱਗਣੀਆਂ, ਇਹ ਪਈਆਂ ਆ, ਉਹ ਪਈਆਂ ਆ, ਅਤੇ ਆਹ ਪਈਆਂ ਦੇਖੋ ਕੂਲਰ 'ਤੇ, ਠੀਕ ਨਹੀਂ ਭਰਾ, ਆਪਣਾ ਸਪਲਾਈ ਚੁੱਕੀ ਲਿਆਂਦਾ ਭਰਾ 'ਤੇ ਲੱਗੀ ਆ ਡ੍ਰਿਪ। ਬਾਕੀ ਬਾਈ ਆਹ ਜਿਹੜੀ ਕੰਪਨੀ ਤੋਂ ਹੁੱਕ ਆਉਂਦੀ ਹੈ ਨਾ, ਮਹਾਂ ਫੁੱਦੂ ਹੁੱਕ ਆ ਬਾਈ, ਇਹ ਮਹਾਂ ਫੁੱਦੂ, ਇਹਦੀ ਵਜ੍ਹਾ ਨਾਲ ਕਈ ਕੰਮ ਖਰਾਬ ਹੋਏ ਅੱਜ ਆਪਣੇ, ਠੀਕ ਹੈ। ਟਰਾਲੀ ਨੇ ਰਗੜਾ ਜਿਹਾ ਲੱਗ ਗਿਆ, ਟਰਾਲੀ ਦੀ ਹੁੱਕ ਦਾ ਦਿਖਾਉਂਦੇ ਤੁਹਾਨੂੰ, ਆਹ ਦੇਖੋ ਆਹ ਲਿੰਕਾਂ ਦੇ, ਇਹ ਨਾ ਲਿੰਕ ਰਗੜੀ ਗਈ ਉਹਦੇ ਨਾਲ, ਹੁਣ ਪਤਾ ਨਹੀਂ ਕਿਸ ਹਿਸਾਬ ਨਾਲ ਰਗੜੀ, ਜਾਂ ਤਾਂ ਲਿੰਕਾਂ ਨੀਵੀਆਂ ਕਰਨੀਆਂ ਪੈਣੀਆਂ ਮੈਨੂੰ ਥੋੜ੍ਹੀਆਂ, ਠੀਕ ਹੈ, ਲਿੰਕਾਂ ਉੱਚੀਆਂ ਆ, ਅਤੇ ਵੈਸੇ ਤਾਂ ਯਾਰ ਜਮ੍ਹਾਂ ਥੱਲੇ ਆ, ਇਹ ਵਾਲਾ ਪਾਸਾ ਜਿਹੜਾ ਆ ਇਹ ਚੱਕ ਕੇ ਆਪਾਂ ਨੀਵਾਂ ਕਰ ਦਾਂਗੇ ਅਸੀਂ ਲਿੰਕ ਨੂੰ। ਆਹ ਦੇਖੋ ਆਹ ਹੁੱਕ ਦੇ ਜਿਹੜੇ ਕੰਪਨੀ ਵਾਲੇ ਦੇ ਕੋਣੇ ਜੇ ਵਧਾਏ ਹੋਏ ਆ ਨਾ, ਇਹ ਕੋਈ ਖਾਸ ਮੈਨੂੰ ਲੱਗੀ ਨਹੀਂ ਇਹਦਾ ਫਾਇਦਾ, ਇਹ ਇੱਥੋਂ ਗੋਲ ਹੁੰਦਾ ਅਤੇ ਟਰਾਲੀ ਫਸਣੀ ਨਹੀਂ। ਕੱਲ੍ਹ ਇਹਦੀ ਵਜ੍ਹਾ ਨਾਲ ਟਰੈਕਟਰ ਬਹੁਤ ਔਖਾ ਮੁੜਿਆ ਇੱਕ ਜਗ੍ਹਾ ਤੋਂ, ਬਹੁਤ ਜ਼ਿਆਦਾ ਔਖਾ, ਕਿਉਂਕਿ ਹੁੱਕ ਫਸ ਜਾਂਦੀ ਸੀ ਟਰਾਲੀ ਦੇ ਬੈਕ ਉੱਚ। ਹੁਣ ਰੱਬ ਜਾਣੇ ਵੀ ਟਰਾਲੀ ਦੀ ਹੁੱਕ ਇਹੋ ਜਿਹੀ ਸੀ ਜਾਂ ਇਹਦੇ ਹਿੱਚ ਦਾ ਹੀ ਪ੍ਰੋਬਲਮ ਸੀਗੀ, ਜੋ ਵੀ ਸੀਗਾ, ਚਲੋ ਹੁਣ ਤਾਂ ਆਪਣਾ ਕੰਮ ਨਿਬੜ ਗਿਆ। ਇੱਕ ਬਾਈ ਆ ਫੋਟੋ ਖਰਾਬ ਹੋ ਗਈ ਆਪਣੀ, ਚੈੱਕ ਕਰਾਉਂਦੇ ਤੁਹਾਨੂੰ, ਇਹ ਪਤਾ ਨਹੀਂ ਕੀ ਚੱਕਰ ਬਣ ਗਿਆ, ਆਹ ਟੁੱਟ ਗਿਆ ਗਲਾਸ ਇੱਥੋਂ ਸਾਰਾ, ਆਹ ਦੇਖੋ ਇਹ ਪੰਨੀ ਆ ਬਾਈ, ਕੁਛ ਮਾਰਿਆ ਇਹਦੇ 'ਤੇ ਨਾ ਬੰਦਿਆਂ ਨੇ, ਹੁਣ ਰੱਬ ਜਾਣੇ ਵੀ ਕਿਹਦੇ ਇੰਨੀ ਮਿਰਚ ਲੜੀ ਸੀਗੀ, ਆ ਭੰਨ ਦਿੱਤੀ ਕਿਸੇ ਨੇ ਫੋਟੋ। ਯਾਰ ਆਹ ਕੰਮ ਔਖਾ ਆ ਬਾਬਿਓ, ਮੈਂ ਨਾ ਗੱਲਾਂ ਬਹੁਤ ਨੇ ਜਿਹੜੀਆਂ ਆਪਾਂ ਕਰਨਾ ਚਾਹੁੰਦੇ ਹਾਂ, ਪਰ ਛੱਡੋ ਫਿਰ ਉਹੀ ਗੱਲ ਆ ਜੀ, ਐਸੇ ਪਲੇਟਫਾਰਮ 'ਤੇ ਉਹ ਗੱਲਾਂ ਆਪਾਂ ਕਰ ਨਹੀਂ ਸਕਦੇ, ਕਿਉਂਕਿ ਸਾਡੇ ਨਾਲ ਖੜ੍ਹਨ ਵਾਲੇ ਫਿਰ ਬਹੁਤ ਘੱਟ ਬੰਦੇ ਹੁੰਦੇ ਨੇ। ਆਹ ਚੈੱਕ ਕਰੋ ਸਾਰੀ ਫੋਟੋ ਭੰਨ ਗਿਆ ਕੋਈ, ਦੇਖ ਜੀ ਆਪਣੇ ਬੰਦਿਆਂ ਨੂੰ ਨਾ ਤਾਰ ਨਹੀਂ ਮਿਲੀ, ਚੈੱਕ ਕਰੋ ਤੁਸੀਂ, ਕੇਬਲ ਵਾਲੀ ਤਾਰ ਹੀ ਪਾਤੀ ਪਤੰਦਰਾਂ ਨੇ, ਠੀਕ ਹੈ, ਆਹ ਦੇਖੋ ਲਾਈਟ ਲਾਈ ਹੋਈ ਆ, ਜਿਗਾੜ ਕੀਤਾ। ਸੋ ਲੱਗੇ ਆ ਜੀ ਥੱਲੇ ਲਾਈਟਾਂ ਦੀ ਫਿਟਿੰਗ ਕਰਨ, ਫਿਟਿੰਗ ਕਰਾ ਲਾਂ ਇੱਕ ਵਾਰੀ, ਫਿਰ ਤੁਹਾਨੂੰ ਦੱਸਾਂਗਾ ਵੀ ਇਹਦਾ ਐਗਜੈਕਟ ਵੇ ਕਿਹੋ ਜਿਹਾ ਹੁੰਦਾ, ਲਾਈਟ ਵੀ ਪ੍ਰੋਪਰ ਆਏ, ਬਾਕੀ ਸਾਰੀਆਂ ਚੀਜ਼ਾਂ ਵੀ ਸੈੱਟ ਹੋਣ, ਕਿਉਂਕਿ ਜੇ ਮੈਂ ਤੁਹਾਨੂੰ ਹੁਣ ਦੱਸਾਂਗਾ ਨਾ, ਹੁਣ ਲਾਉਂਦੇ ਲਾਉਂਦੇ ਟਾਈਮ ਵੀ ਕਾਫੀ ਲੱਗਣਾ, ਤੁਹਾਨੂੰ ਸਮਝਾ ਵੀ ਨਹੀਂ ਪਾਊਂਗਾ, ਹੈ ਨਾ, ਅਤੇ ਉਹ ਜਿਹੜਾ ਕੰਮ ਹੈ ਉਹ ਬਣਨਾ ਨਹੀਂ ਆਪਣਾ। ਸੋ ਇਹਨਾਂ ਨੂੰ ਲਾ ਲੈਂਦੋ ਇੱਕ ਵਾਰੀ, ਫਿਰ ਤੁਹਾਨੂੰ ਐਗਜੈਕਟ ਦੱਸਦਾ ਕਲੀਅਰਟੀ 'ਚ ਵੀ ਇਹ ਕਿੱਦਾਂ ਗੱਲ ਬਣਨੀ ਆ, ਕਿੱਦਾਂ ਨਹੀਂ, ਕੀ ਹਿਸਾਬ ਕਿਤਾਬ ਇਹਦਾ ਹੋਊਗਾ। ਲਈ ਬਾਬੇ ਥੋੜ੍ਹੀ ਜਿਹੀ ਮੇਰੇ ਹਿਸਾਬ ਨਾਲ ਹਵਾ ਦੀ ਡਿਸਟਰਬੈਂਸ ਆਏਗੀ ਤਾਂ ਜਰ ਲਿਓ, ਜਰਨੀ ਪੈਣੀ ਹੈ ਤੁਹਾਨੂੰ, ਕਿਉਂਕਿ ਕੂਲਰ ਬਿਨਾਂ ਸਾਡੀ ਗਤੀ ਨਹੀਂ ਹੈ, ਨਹੀਂ ਭਰਾ ਮੱਛਰਾਂ ਨੇ ਖਾ ਜਾਣਾ। ਆਹ ਦੇਖੋ ਤੁਸੀਂ ਇੱਦਾਂ ਫਿਟਿੰਗ ਹੋ ਰਹੀ ਹੈ ਸਾਰੀ, ਠੀਕ ਹੈ, ਇਹ ਥੱਲੇ ਲਾਈਟਾਂ ਹੀ ਲਾਈਟਾਂ ਚਿਣ ਦੇਣੀਆਂ ਇਹਦੇ, ਲਗਭਗ ਬਾਈ ਇਹਦੇ ਥੱਲੇ ਮੈਂ ਕਹਿੰਦਾ ਵੀ 300 ਕੁ ਪੀਸ ਲੱਗ ਜਾਣਾ ਆ, ਠੀਕ ਹੈ ਜੀ, ਤਾਂ ਹੀ ਪ੍ਰੋਪਰ ਲਾਈਟ ਬਣਦੀ ਹੈ, ਤਾਂ ਹੀ ਰੀਲਾਂ ਚੱਲਦੀਆਂ ਫਿਰ ਆਪਣੀਆਂ, ਠੀਕ ਹੈ। ਜਿਹੜੇ ਮੇਰੇ ਵੀਰਾਂ ਨੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਨਹੀਂ ਕੀਤਾ ਹੋਇਆ ਜ਼ਰੂਰ ਕਰ ਲੈਣ, ਰੀਲਾਂ ਬਹੁਤ ਘੈਂਟ ਘੈਂਟ ਆਉਣੀਆਂ, ਹੁਣ ਆਪਣੇ ਲਾਈਟਾਂ ਵਾਲਾ ਕੰਮ ਨਿਬੜ ਗਿਆ, ਨਿਬੇੜ ਦੇਣਾ ਮਤਲਬ ਆਪਾਂ, ਠੀਕ ਹੈ। ਇੱਕ ਬੰਦਾ ਸਾਡਾ ਉੱਤੇ ਖੋਰੂ ਪਾ ਰਿਹਾ, ਠੀਕ ਹੈ, ਉਹ ਕਹਿੰਦਾ ਮੈਨੂੰ ਥੱਲੇ ਲੈ ਕੇ ਆਓ। ਸੋ ਹੁਣ ਇਹ ਤਾਂ ਨਿਬੇੜ ਕੇ ਫਿਰ ਆਪਾਂ ਇਹਦੇ ਥੱਲੇ ਵੀ ਲਾਉਣੀ ਆ, ਵਧੀਆ ਗ੍ਰੇਸ ਬਣਾਵਾਂਗੇ ਸੋਹਣੀ ਐਨ। ਆਪਣੇ 'ਚ ਯਾਰ ਸਿਸਟਮ ਇਹ ਆ ਕਿ ਅਸੀਂ ਕਿਸੇ ਤੋਂ ਲੁਕਾ ਕੇ ਨਹੀਂ ਕਰਨਾ ਕੰਮ, ਜੋ ਹੈ ਸਾਹਮਣੇ ਕਰਾਂਗੇ, ਤੁਹਾਨੂੰ ਦਿਖਾ ਕੇ ਕਰਾਂਗੇ, ਤਾਂ ਕਿ ਆਪਣੇ ਭਰਾਵਾਂ ਦੇ ਵੀ ਟਰੈਕਟਰ ਸੋਹਣੇ ਲੱਗਣ, ਵਧੀਆ ਬਣਾਉਣ, ਉਹ ਵੀ ਆਪਾਂ ਨੂੰ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ। ਸੋ ਦੇਖੋ ਤੁਸੀਂ ਫਿਰ ਅੱਗੇ ਕਰਦੇ ਹਾਂ ਆਪਾਂ ਕੰਟੀਨਿਊ, ਇੱਕ ਵਾਰੀ ਇਹ ਸਾਰਾ ਹੋ ਜੇ ਲੱਗ ਜਾਣ ਫਿਰ ਤੁਹਾਨੂੰ ਦੱਸਦੇ ਹਾਂ ਅੱਗੇ। ਲਓ ਮਿੱਤਰੋ ਚੈੱਕ ਕਰੋ ਤੁਸੀਂ, ਲਾਈਟਾਂ ਤਾਂ ਲੱਗ ਗਈਆਂ, ਬਸ ਵਾਇਰਿੰਗ ਦੇ ਕਰਨ ਲੱਗੇ ਹਾਂ, ਅਤੇ ਥੱਲੇ ਦਾ ਬਾਈ ਗਰੇਡੇ ਬਣ ਗਿਆ, ਅਤੇ ਅੰਦਰ ਵੀ ਕੰਮ ਚੱਲੀ ਜਾਂਦਾ, ਹਟਦੇ ਨਹੀਂ, ਪੱਟੂ ਸਰਾਖ 'ਤੇ ਸਰਾਖ ਮਾਰਨ ਲੱਗੇ ਹੋਏ ਆ। ਸਾਡੇ ਪੜੋਸੀ ਐਵੇਂ ਥੋੜ੍ਹੀ ਦੁਖੀ ਹੁੰਦੇ ਆ, ਅੱਧੀ ਅੱਧੀ ਰਾਤ ਤੱਕ ਤੱਕ ਆਵਾਜ਼ਾਂ ਹੁੰਦੀਆਂ ਰਹਿੰਦੀਆਂ। ਸੋ ਕਰ ਦੇਣਾ ਬਾਈ ਇਹਨਾਂ ਦਾ ਛੇਤੀ ਹੱਲ ਕਰ ਦੇਣਾ ਆਪਾਂ, ਆਪਾਂ ਛੇਤੀ ਛੇਤੀ ਦੁਕਾਨ ਲੈ ਲੈਣੀ ਆ ਬਸ ਹੁਣ। ਲਓ ਜੀ ਆਪਣਾ ਬ੍ਰਹਮਸਤਰ ਆ ਗਿਆ, ਲਓ ਚੱਕੋ ਸਰ, ਇਹ ਆ ਗਈਆਂ ਸਲੀਬਾਂ, ਅਤੇ ਕਰਦੇ ਹਾਂ ਜੀ ਇਹਨੂੰ ਫਾਈਨਲ ਵਾਇਰਿੰਗ ਨੂੰ, ਫਿਰ ਤੁਹਾਨੂੰ ਦੱਸਦੇ ਹਾਂ ਅੱਗੇ ਦਾ। ਹਾਂਜੀ ਬਾਬਿਓ, ਸੋ ਰਾਤ ਦਾ ਟਾਈਮ ਹੋ ਗਿਆ 9:30 ਦਾ, ਅਤੇ ਹਾਲੇ ਥੱਲੇ ਥੱਲੇ ਹੀ ਲਾਈਆਂ ਬਸ ਆਪਾਂ ਫਲੋਰ ਇਹਦੇ ਹਿੱਸੇ 'ਤੇ ਹੀ, ਬਾਕੀ ਅਗਲਾ ਜਿਹੜਾ ਐਕਸਲ ਹੈ ਇਹਤੇ ਰਹਿ ਗਈਆਂ ਅਤੇ ਬੰਪਰ 'ਚ ਰਹਿ ਗਈਆਂ, ਉਹ ਸਵੇਰੇ ਲਾਵਾਂਗੇ, ਠੀਕ ਹੈ ਜੀ। ਸੋ ਹੁਣ ਆਪਾਂ ਇਹਦੀ ਜਿਹੜੀ ਪਲੱਸ ਹੈ ਉਹ ਅਲੱਗ ਕਰ ਲਿਆ ਗ੍ਰੀਨ ਦਾ ਅਤੇ ਯੈਲੋ ਦਾ, ਮਾਈਨਸ ਜਿਹੜੇ ਉਹ ਇਕੱਠੇ ਕਰਕੇ ਬੋਡੀ 'ਚ ਅਰਥ ਦੇ ਦੇਣਾ ਆ, ਠੀਕ ਹੈ।
ਸੋ ਉਹ ਕਰ ਦੇਣਾ ਆ। ਬਾਕੀ ਜਿਹੜਾ ਅਗਲਾ ਐਕਸਲ ਆ ਇਹਦੇ ਚਲਾ ਦੇਣੀ ਆ ਵਾ ਅਤੇ ਬੰਪਰ ਚਲਾ ਦੇਣੀ ਆ, ਉਹ ਕੱਲ੍ਹ ਲਾਵਾਂਗੇ। ਅਤੇ ਹੁਣ ਆਪਾਂ ਅਰਥ ਪੱਕਾ ਕਰ ਦਿੰਦੇ ਹਾਂ ਕਿਉਂਕਿ ਅਰਥ ਦਾ ਫਿਰ ਲੋੜ ਨਹੀਂ ਨਾ ਆਪਾਂ ਨੂੰ ਛੇੜਨ ਦੀ। ਅਤੇ ਬਸ ਹੁਣ ਆਪਣੇ ਕੋਲ ਬਚੇ ਆ 20 ਪੀਸ ਯੈਲੋ ਦੇ ਅਤੇ 10 20 ਪੀਸ ਆਪਣੇ ਉਹ ਗ੍ਰੀਨ ਦੇ ਬਚੇ ਆ, ਅਤੇ ਕੱਲ੍ਹ ਥੋੜ੍ਹੇ ਜਿਹੇ ਹੋਰ ਲਿਆਉਣੇ ਪੈਣੇ ਆ ਕਿਉਂਕਿ ਪਾਏਦਾਨਾਂ ਦੇ ਥੱਲੇ ਵੀ ਲੱਗਣੇ ਆ। ਲਓ ਜੀ ਬਾਬਿਓ ਚੈੱਕ ਕਰੋ ਤੁਸੀਂ, ਇਹ ਇਕੱਲੀ ਗ੍ਰੀਨ ਆ ਹਲੇ, ਠੀਕ ਹੈ। ਅਤੇ ਹੁਣ ਯੈਲੋ ਦਾ ਵੀ ਕਨੈਕਸ਼ਨ ਚੱਲ ਰਿਹਾ, ਇਹਨੂੰ ਯੈਲੋ ਵਾਲੇ ਦਾ ਅਰਥ ਰਹਿ ਗਿਆ ਸੀ ਦੇਣਾ। ਹੁਣ ਤੁਹਾਨੂੰ ਦਿਖਾਉਂਦੇ ਹਾਂ ਯੈਲੋ ਵੀ ਚਲਾ ਕੇ, ਜਦੋਂ ਯੈਲੋ ਚੱਲਦੀ ਹੈ ਨਾ ਗ੍ਰੀਨ ਅਤੇ ਯੈਲੋ ਮਿਕਸ ਹੋ ਕੇ ਗੰਦਾ ਜਿਹਾ ਕਲਰ ਬਣ ਜਾਂਦਾ, ਆਹ ਦੇਖੋ ਹੋਰ ਤਰ੍ਹਾਂ ਦਾ ਕਲਰ ਬਣ ਗਿਆ। ਚੱਲ ਗਈ ਪਿਛਲੀ ਵੀ ਹੈ ਨਾ, ਸਾਰੀ ਨਹੀਂ ਚੱਲੀ ਹਲੇ, ਇੱਕ ਲਾਈਨ ਰਹਿ ਗਈ ਆ ਯੈਲੋ ਵਾਲੀ ਹਲੇ। ਆਹ ਆ ਬਈ ਯੈਲੋ ਅਤੇ ਗ੍ਰੀਨ, ਠੀਕ ਹੈ। ਇਹਦੇ 'ਚ ਨਾ ਇਹ ਵਾਲਾ ਜਿਹੜਾ ਫਲੈਸ਼ਰ ਹੈ ਵੈਸੇ ਚੇਂਜ ਹੋਊਗਾ, ਮੈਨੂੰ ਇਹ ਫਲੈਸ਼ਰ ਇੰਨਾ ਕਾਰਗਰ ਲੱਗਿਆ ਨਹੀਂ ਇੰਨੀਆਂ ਲਾਈਟਾਂ ਦੇ ਉੱਪਰ। ਘੱਟ ਲਾਈਟਾਂ ਦੇ 'ਤੇ ਚੱਲ ਗਿਆ ਸੀਗਾ 10-10 ਪੀਸ 'ਤੇ, ਪਰ ਇੰਨੀਆਂ ਲਾਈਟਾਂ 'ਤੇ ਨਹੀਂ ਕਾਰਗਰ ਹੋ ਰਿਹਾ, ਦੇਖੋ ਚੈੱਕ ਕਰੋ। ਪਰ ਇਹਦੇ 'ਚ ਨਾ ਮੋੜ ਬਹੁਤ ਜ਼ਬਰਦਸਤ ਨੇ, ਟਰੈਕਟਰ ਦੀ ਗ੍ਰੇਸ ਹੀ ਅਲੱਗ ਆਉਂਦੀ ਹੈ ਇਹਦੇ ਨਾਲ, ਇਹਦੇ 'ਚ ਮੋੜ ਬਹੁਤ ਜ਼ਬਰਦਸਤ ਨੇ। ਹੁਣ ਇੱਕ ਵਾਰੀ ਪੂਰੇ ਕਨੈਕਸ਼ਨ ਹੋ ਜਾਣ ਨਾ ਫਿਰ ਤੁਹਾਨੂੰ ਦਿਖਾਉਂਦਾ ਹਾਂ। ਚੱਲ ਗਈ ਪਿਛਲੀ ਵੀ ਸਾਰੀ, ਚੱਲ ਬਸ ਤੂੰ ਸਮਾਨ ਇਕੱਠਾ ਕਰ, ਅਰਥ ਤਾਂ ਹੋ ਗਿਆ ਹੋਣਾ ਫਿਰ ਉੱਥੋਂ, ਬਸ ਮੇਨ ਦਿੱਤਾ ਹੁਣ, ਠੀਕ ਹੈ। ਸੋ ਬਾਬੇ ਇਹਦੀ ਜਿਹੜੀ ਵਾਇਰਿੰਗ ਹੈ ਨਾ ਉਹ ਮੈਂ ਤੁਹਾਨੂੰ ਇੱਕ ਵਾਰੀ ਸਵੇਰੇ ਸਮਝਾਊਂਗਾ ਤਰੀਕੇ ਨਾਲ, ਕਿਉਂਕਿ ਆਪਾਂ ਫਲੈਸ਼ਰ ਚੇਂਜ ਕਰਨਾ ਹੀ ਆ, ਫਿਰ ਤੁਹਾਨੂੰ ਅਗਲੇ ਵਲੋਗ 'ਚ ਉਹ ਵੀ ਦੇਖਣ ਨੂੰ ਮਿਲ ਜਾਏਗੀ। ਸੋ ਆਹ ਦੇਖੋ ਇੰਨਾ ਜਿਗਾੜ ਕਰਨਾ ਪਿਆ ਆ, ਆਹ ਚੈੱਕ ਕਰੋ ਇੰਨੀਆਂ ਲਾਈਟਾਂ ਦੇ ਹਲੇ ਲੱਗਣੀਆਂ ਇਹਦੇ 'ਚ, ਠੀਕ ਹੈ। ਇਹ ਰੱਖੀਆਂ ਆਪਾਂ, ਇਹ ਬਾਅਦ 'ਚ ਲਾ ਦਾਂਗੇ। ਅਤੇ ਆਹ ਲਾਈਟ ਦੂਸਰਾ ਪੀਸ ਪਿਆ, ਆਹ ਵੀ ਚੱਕ ਲਾ ਪੀਸ, ਉਹ ਥੱਲੇ ਲਾਈਟਰ ਰਹਿ ਗਿਆ ਹਰਮਨ, ਉਹ ਐਲਈਡੀਆਂ ਕੱਢ ਲਾ ਥੱਲੇ ਵੀਰ। ਲਓ ਵੀ ਹਲੇ ਹਿੱਸੇ ਦੇ ਔਰ ਬੰਪਰ ਵਾਲੀਆਂ ਰਹਿ ਗਈਆਂ ਵਾ, ਚੈੱਕ ਕਰੋ। ਹੁਣ ਤੁਸੀਂ ਰਿਮੋਟ ਤੋਂ ਹੀ ਇਹਦੇ ਮੋੜ ਚੇਂਜ ਕਰਦੇ ਹਾਂ, ਆਹ ਵੀ ਘੈਂਟ ਹੈ ਯਾਰ, ਦੇਖੋ ਇਹ ਜ਼ਿਆਦਾ ਘੈਂਟ ਹਰਮਨ, ਆਹ ਜ਼ਿਆਦਾ ਘੈਂਟ ਲੱਗ ਰਿਹਾ ਨਹੀਂ ਮੋੜ, ਆਹ ਜ਼ਿਆਦਾ ਘੈਂਟ ਲੱਗਿਆ ਬਾਬਿਓ, ਮਤਲਬ ਅੱਖਾਂ ਨਾ ਹੋਰ ਹੀ ਤਰ੍ਹਾਂ ਦੀ ਕਰਨ ਲੱਗ ਜਾਂਦੀਆਂ, ਦੇਖੋ ਆਹ ਇਕੱਠੀ ਹੋ ਜਾਂਦੀ ਆ, ਆਹ ਚੱਕੋ ਗ੍ਰੀਨ ਵੀ ਆ ਜਾਂਦਾ, ਇਕੱਲਾ ਯੈਲੋ ਅਤੇ ਇਕੱਲਾ ਗ੍ਰੀਨ ਵੀ, ਚੈੱਕ ਕਰੋ ਤੁਸੀਂ ਐਂਡ ਲੱਗਦੀ ਬਾਈ ਜੋ ਵੀ ਚੀਜ਼ ਹੈ। ਸੋ ਠੀਕ ਹੈ ਜੀ, ਮਿਲਦਾ ਤੁਹਾਨੂੰ ਅਗਲੇ ਵਲੋਗ 'ਚ। ਅੱਜ ਦੇ ਵਲੋਗ 'ਚ ਆਪਾਂ ਮਿਕਸੀ ਕੰਮ ਕੀਤਾ ਆ, ਉਹ ਸਿਸਟਮ ਦਾ ਵੀ ਕੀਤਾ ਆ ਅਤੇ ਆਪਣੇ ਟਰੈਕਟਰ ਦਾ ਵੀ ਕੀਤਾ ਆ, ਹੈ ਨਾ। ਅਤੇ ਇਹ ਵੀ ਜਿਹੜਾ ਆਪਣੀ ਮੋਡੀਫਿਕੇਸ਼ਨ ਜ਼ਰੂਰੀ ਸੀ, ਕਿਉਂਕਿ ਸੀਜ਼ਨ 'ਚ ਚੱਲਣਾ ਹੁੰਦਾ ਫਿਰ ਐਵੇਂ ਕੀ ਫਾਇਦਾ ਲਾ ਕੇ ਘੁੰਮੀ ਜਾਓਗੇ, ਉਸ ਚੀਜ਼ ਦਾ ਸਵਾਦ ਨਹੀਂ ਹੁੰਦਾ। ਇੱਦਾਂ ਚੀਜ਼ ਘੈਂਟ ਲਾਈ, ਦੇਖੋ ਤੁਸੀਂ ਬੰਬ ਲੱਗ ਰਹੀ ਹੈ ਚੀਜ਼। ਸੋ ਇਹਦੀ ਜਿਹੜੀ ਵਾਇਰਿੰਗ ਔਰ ਇਹਦਾ ਜਿਹੜਾ ਮੈਥਡ ਹੈ ਉਹ ਤਾਂ ਮੈਂ ਤੁਹਾਨੂੰ ਮੈਥਡ ਤਾਂ ਸਮਝਾ ਦਿੱਤਾ ਵੀ ਕਿਵੇਂ ਲਾਉਣੀ ਆ ਕਿਵੇਂ ਨਹੀਂ। ਵਾਇਰਿੰਗ ਜਿਹੜੀ ਆ ਉਹ ਆਪਾਂ ਤੁਹਾਨੂੰ ਕੱਲ੍ਹ ਸਮਝਾਵਾਂ ਜਦੋਂ ਇਹ ਫਲੈਸ਼ਰ ਚੇਂਜ ਕਰਾਂਗੇ, ਕਿਉਂਕਿ ਇਹ ਫਲੈਸ਼ਰ ਮੈਨੂੰ ਪਸੰਦ ਜਿਹਾ ਨਹੀਂ ਆ ਰਿਹਾ। ਮੋੜ ਤਾਂ ਠੀਕ ਹੈ ਪਰ ਲਾਈਟ ਘੱਟ ਹੈ ਇਹਦੀ, ਇੰਨੀ ਲਾਈਟ ਜਿਹੜੀ ਹੈ ਨਾ ਇਸ ਤੋਂ ਕਿਤੇ ਜ਼ਿਆਦਾ ਲਾਈਟ ਹੋਣੀ ਚਾਹੀਦੀ ਹੈ ਨਾ ਲਾਈਟਾਂ ਦੀ, ਸਿਰਫ ਵੋਲਟੇਜ ਡਾਊਨ ਕਰਕੇ ਆ, ਵੋਲਟੇਜ ਘੱਟ ਆ ਰਹੀ ਹੈ ਇਹਦੇ 'ਚ। ਸੋ ਹੋਪ ਕਰਦਾ ਤੁਸੀਂ ਇਸ ਵਲੋਗ ਨੂੰ ਇੰਜੋਏ ਕੀਤਾ ਹੋਏਗਾ, ਅਤੇ ਜਿਹੜੇ ਮੇਰੇ ਵੀ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਇੰਸਟਾਗ੍ਰਾਮ 'ਤੇ ਵੀ ਮੈਨੂੰ ਫੋਲੋ ਕਰ ਲਿਓ, ਰੀਲਾਂ ਪੈਣੀਆਂ ਇਹਦੀਆਂ ਬਸ ਹੁਣ ਜਲਦੀ। ਸੋ ਮਿਲਦਾ ਕੱਲ੍ਹ ਨਵੇਂ ਵਲੋਗ ਨਾਲ, ਅੱਜ ਲਈ ਬਸ ਇੰਨਾ ਹੀ। The useless was shooting, no one notices the you. It's just me against the world.